ਗੁਰੂ ਰੂਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੀ ਕਮੋਲਕ ਲਿਖਤ ਹੈ ਜਿਸ ਵਿੱਚ ਉਹਨਾਂ ਨੇ ਗੁਰੂ ਨਾਨਕ ਦੇਵ ਜੀ ਦੀ ਜਨਮ ਸਾਖੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿੱਚੋਂ ਸੰਕਲਿਤ ਕੀਤੀ ਹੈ ਇਸ ਲੇਖ ਨੂੰ ਆਪਨੇ ਬੜੇ ਸੋਹਣੇ ਢੰਗ ਨਾਲ ਦਰਸਾਇਆ ਹੈ ਕਿ ਇੱਕ ਪਿਤਾ ਪੁੱਤਰ ਤੇ ਤੀ ਤਿੰਨੋ ਬੈਠੇ ਹਨ ਦੀ ਇੱਕ ਬੁਝਾਰਤ ਪਾਉਂਦੀ ਹੈ ਕਿ فرض ਕਰੋ ਸਾਰੀਆਂ ਜਨਮ ਸਾਖੀਆਂ ਸੂਰਜ ਪ੍ਰਕਾਸ਼ ਗੁਰਬਿਲਾਸ ਪੰਥ ਪ੍ਰਕਾਸ਼ इत्यादਿਕ ਅਲੋਪ ਹੋ ਜਾਣ ਕਿ ਪਾਈ ਗੁਰਦਾਸ ਜੀ ਦੀ ਬਾਣੀ ਪਾਈ ਨੰਦ ਲਾਲ ਜੀ ਦੀ ਬਾਣੀ ਅਰਸ਼ਾਂ ਨੂੰ ਟੁਰ ਜਾਏ ਤਾਂ ਤੁਸੀਂ ਗੁਰਨਾਨਕ ਪਾਤਸ਼ਾਹ ਦਾ ਜੀਵਨ ਬਿਰਤਾਂਤ ਕਿਵੇਂ ਸਾਨੂੰ ਦੱਸੋਗੇ ਵੀਰ ਨੇ ਕਿਹਾ ਜੇ ਸਭ ਕੁਝ ਅਲੋਪ ਵੀ ਹੋ ਜਾਏ ਤਾਂ ਮੈਨੂੰ ਸਾਰੀ ਜਨਮ ਸਾਖੀ ਯਾਦ ਹੈ ਤਾਂ ਭੈਣ ਨੇ ਕਿਹਾ ਜੇ ਤੁਹਾਡੇ ਦਿਮਾਗ ਵਿੱਚੋਂ ਸਭ ਕੁਝ ਵਿਸਰ ਜਾਏ ਤਾਂ ਫਿਰ ਤੁਸੀਂ ਕਿਵੇਂ ਦਰਸਾਓਗੇ ਗੁਰੂ ਨਾਨਕ ਪਾਤਸ਼ਾਹ ਦੇ ਜੀਵਨ ਬਿਰਤਾਂਤ ਨੂੰ ਤਾਂ ਵੀਰ ਨੇ ਕਿਹਾ ਕਿਸ ਦੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਹਨ ਉਹਨਾਂ ਵਿੱਚੋਂ ਮੈਂ ਆਪ ਜੀ ਨੂੰ ਕੁਝ ਗੱਲਾਂ ਦੱਸਣ ਦੀ ਕੋਸ਼ਿਸ਼ ਕਰਾਂਗਾ ਭੈਣ ਨੇ ਹੈਰਾਨ ਹੋ ਕੇ ਕਿਹਾ ਉਹ ਤਾਂ ਗੁਰਬਾਣੀ ਹੈ ਧੁਰ ਦੀ ਬਾਣੀ ਹੈ ਕੋਈ ਇਤਿਹਾਸ ਤਾਂ ਨਹੀਂ ਤਾਂ ਵੀਰ ਨੇ ਕਿਹਾ ਮੈਂ ਇਹੋ ਦੱਸਣ ਲੱਗਾ ਕਿ ਇਸ ਤਰ੍ਹਾਂ ਦੀ ਬਾਣੀ ਵਿੱਚ ਲੱਗਦੇ ਆਤ ਕਈ ਐਸੇ ਜ਼ਿਕਰ ਆ ਗਏ ਹਨ ਜਿਨ੍ਹਾਂ ਵਿੱਚੋਂ ਸਤਿਗੁਰਾਂ ਦੇ ਜੀਵਨ ਪਰਚਾਨਣਾ ਪੈਂਦਾ ਹੈ ਸਗੋਂ ਇਸ ਵਿਸ਼ੇ ਤੇ ਅੰਦਰਲੀ ਉਗਾਹੀ ਮਿਲਦੀ ਹੈ ਸੋ ਕਿਹੜੀ-ਕਿਹੜੀ ਉਗਾਹੀ ਗੁਰਬਾਣੀ ਵਿੱਚੋਂ ਗੁਰੂ ਨਾਨਕ ਪਾਤਸ਼ਾਹ ਦੇ ਜੀਵਨ ਬਾਰੇ ਮਿਲਦੀ ਹੈ ਬਹੁਤ ਸੋਹਣੀ ਵਾਰਤਾਲਾਪ ਸੋ ਇਸ ਲੇਖ ਨੂੰ ਕਈ ਭਾਗਾਂ ਵਿੱਚ ਪੜਨ ਦੀ ਕੋਸ਼ਿਸ਼ ਕਰਾਂਗੇ ਵਾਣੀ ਦੇ ਪ੍ਰੇਮੀਆ ਲਈ ਤੇ ਇਤਿਹਾਸ ਦੀ ਖੋਜ ਕਰਨ ਵਾਲਿਆਂ ਲਈ ਇਹ ਲਿਖਤ ਜਿਹੜੀ ਹੈ ਬਹੁਤ ਅਮੋਲਕ ਤੇ ਰਸਦਾਇਕ ਹੈ ਆਓ ਪਿਆਰ ਨਾਲ ਸਰਵਣ ਕਰਨ ਦੀ ਕੋਸ਼ਿਸ਼ ਕਰੀਏ ਜੀ ਗੱਲ ਚੱਲੀ ਸੀ 부ਜਾਰਤਾਂ ਦੀ ਸੋ ਮੈਂ ਇੱਕ 부ਜਾਰਤ ਉੱਚੀ ਕਿਸਮ ਦੀ ਪਾਉਂਦੇ ਹਾਂ ਤੁਸੀਂ ਉਸ ਨੂੰ ਖੋਲੋ ਜਿਸ ਵਿੱਚ ਅਕਲ ਵੀ ਖਰਚ ਹੋਵੇ ਤੇ ਸਵਾਦ ਵੀ ਆਵੇ ਮਨ ਦਾ ਤਾਂ ਖਿਆਲ ਜਾਵੇ ਸਤਗੁਰਾਂ ਦੇ ਪਿਆਰ ਵੱਲ ਉਹਨਾਂ ਦੀ ਕਰਨੀ ਮਿਹਰ ਵੱਲ ਤੇ ਖੁੱਲੇ 부ਜਾਰਤ ਵੱਡੇ ਸਰਦਾਰ ਜੀ ਬੋਲੇ ਚੰਗੀ ਗੱਲ ਐ ਪਾਓ ਅਸੀਂ ਵੀ ਸੁਣੀਏ ਵੱਡੇ ਵੀਰ ਜੀ ਬੋਲੇ ਪਿਤਾ ਜੀ ਨੇ ਬੜੀ ਅਮੋਲਕ ਸਮਝ ਦਿੱਤੀ ਹੈ ਤੇ ਭੈਣ ਜੀ ਨੇ ਸੋਹਣੀ ਢੋਲ ਫੜੀ ਐ ਆਓ ਫਿਰ ਪਾਓ 부ਜਾਰਤ ਭੈਣ ਵੀਰ ਜੀ ਮਿੱਥ ਲਓ ਫਰਜ਼ ਕਰੋ ਕਿ ਸੂਰਜ ਪ੍ਰਕਾਸ਼ ਸੂਰਜ ਲੋਕ ਦੀ ਸੈਰ ਨੂੰ ਚੜ ਗਿਆ ਜਨਮ ਸਾਖੀਆਂ ਕਲ ਬ੍ਰਿਛਾਂ ਦੀਆਂ ਸ਼ਾਖਾਂ ਵਿੱਚ ਲੁਕ ਬੈਠੀਆਂ ਗੁਰ ਬਿਲਾਸ ਗੁਰਪੂਰੀ ਦੀ ਯਾਤਰਾ ਨੂੰ ਚੱਲੇ ਗਏ ਪੰਥ ਪ੍ਰਕਾਸ਼ ਤੂ ਚਾਨਣੇ ਵਿੱਚ ਉਸ ਦੀਆਂ ਰਿਸ਼ਮਾਂ ਦੇ ਓਲੇ ਜਾ ਲੁਕੇ ਪਰਚੀਆਂ ਪ੍ਰਸੰਗ ਸਾਰੇ ਅਨਲਬ ਬਾਗ ਵਿੱਚ ਲੁਕ ਗਏ ਭਾਈ ਗੁਰਦਾਸ ਜੀ ਤੇ ਭਾਈ ਨੰਦ ਲਾਲ ਜੀ ਦੀਆਂ ਪੋਥੀਆਂ ਅਰਸ਼ੀ ਚਲੀਆਂ ਗਈਆਂ અન્ય દેશી ਤੇ અન ભાષા ਦੇ લેખ ਸਾਰੇ ਲੋਪ ਹੋ ਗਏ ਫਿਰ ਵੀ ਤੁਸੀਂ ਸਤਿਗੁਰੂ ਨਾਨਕ ਦੇਵ ਜੀ ਦੇ ਜੀਵਨ ਬਾਬਤ ਸਾਨੂੰ ਕੁਝ ਦੱਸ ਸਕੋਗੇ ਕਿ ਨਹੀਂ ਵੀਰ ਕਿਉਂ ਨਹੀਂ ਮੈਨੂੰ ਸਾਰਾ ਜੀਵਨ ਯਾਦ ਹੈ ਭੈਣ ਐਉਂ ਨਹੀਂ ਮਿਥਲਵ ਕੇ ਆਕਾਸ਼ ਤੋਂ ਕੋਈ ਅਪਛਰਾ ਆ ਕੇ ਕੋਈ ਪਾਣੀ ਸਾਬਣ ਲਾ ਕੇ ਤੋਂ ਸਾਡੇ ਦਿਮਾਗ ਦੇ ਤਖਤੇ ਤੋਂ ਇਹ ਸਾਰੀ ਯਾਦ ਵੀ ਧੋ ਲੈ ਜਾਵੇ वीर फिर श्री गुरु ग्रंथ साहिब जी ता जगो जग् अटल ਸਾਡੇ پاس ਹੋਣਗੇ ਨਾ ਭੈਣ ਹਾਂ ਵੀਰ ਜੀ ਵੀਰ ਫਿਰ ਤਾਂ ਕਈ ਗੱਲਾਂ ਮੈਂ ਦੱਸ ਸਕਾਂਗਾ ਭੈਣ ਕੀ ਕਹੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਤਾਂ ਮਹਾਰਾਜ ਦੀ ਬਾਣੀ ਹੈ ਜੀਵਨ ਤਾਂ ਨਹੀਂ ਹੈ ਵੀਰ ਠੀਕ ਹੈ ਤੁਸਾਂ ਨੂੰ ਯਾਦ ਹੋ ਕਈ ਵਾਰੀ ਹੋਏ ਤਾਂ ਅਸਾਂ ਖਾਲਸਾ ਸਮਾਚਾਰ ਵਿੱਚ ਇਸੇ ਮੁੱਖ ਲੇਖ ਵਿੱਚ ਪੜਿਆ ਸੀ ਕਿ ਸਿੱਖ ਮਜ਼ਬਦ ਦਾ ਕੇਂਦਰੀ ਆਧਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਨ ਅਰਥਾਤ ਇਸ ਧਰਮ ਦੀ ਟੇਕ ਨਿਰ ਇਸ ਦੇ ਬਾਣੀਆਂ ਦੇ ਇਤਿਹਾਸ ਪਰ ਨਹੀਂ ਸਗੋਂ ਉਸ ਬਾਣੀ ਪਰ ਹੈ ਜੋ ਵਾਹਿਗੁਰੂ ਤੋਂ ਗੁਰਾਂ ਨੂੰ ਅਨubhav ਹੋਈ ਤੇ ਗੁਰਾਂ ਨੇ ਸੰਸਾਰ ਨੂੰ ਦਿੱਤੀ ਸੋ ਭਾਵੇਂ ਸੱਚਾ ਇਤਿਹਾਸ ਸਾਡੇ ਮਜ਼ਬਦ ਦੀ ਤਰੱਕੀ ਦਾ ਔਰ ਗਿਆਨ ਖੋਜ ਦਾ ਜ਼ਰੂਰੀ ਅੰਗ ਹੈ ਪਰ ਕੇਂਦਰੀ ਆਧਾਰ ਤੁਰ ਕੀ ਬਾਣੀ ਭੈਣ ਜੀ ਅਸੀਂ ਹੋਰ ਪਾਸੇ ਟੁਰ ਪਏ ਵੀਰ ਨਹੀਂ ਜੀ ਮੈਂ ਇਹੋ ਦੱਸਣ ਲੱਗਾ ਹਾਂ ਕਿ ਇਸ ਧੁਰ ਦੀ ਬਾਣੀ ਵਿੱਚ ਲੱਗਦੇ ਹੱਥ ਕਈ ਐਸੇ ਜ਼ਿਕਰ ਆ ਗਏ ਹਨ ਜਿਨ੍ਹਾਂ ਵਿੱਚੋਂ ਸਤਿਗੁਰਾਂ ਦੇ ਜੀਵਨ ਪਰ ਚਾਨਣਾ ਪੈਂਦਾ ਹੈ ਸਗੋਂ ਇਸ ਵਿਸ਼ੇ ਤੇ ਅੰਦਰਲੀ ਉਗਾਹੀ ਮਿਲਦੀ ਹੈ ਭੈਣ ਜੀ ਇਹੋ 부ਜਾਰਤ ਤਾਂ ਮੈਂ ਪਾਈ ਹੈ ਤੁਸੀਂ ਬੁੱਝੋ ਨਾ ਵੀਰ ਸਤਿਵਚਨ ਪਹਿਲੀ ਗੱਲ ਤਾਂ ਇਹ ਹੈ ਕਿ ਗੁਰੂ ਦਾ ਅਸਲੀ ਅੰਦਰਲਾ ਜੀਵਨ ਉਹਨਾਂ ਦਾ ਮਨ ਇਹ ਗੁਰਬਾਣੀ ਹੈ ਜੋ ਕਿਸੇ ਸੱਚੇ ਪੁਰਖ ਦਾ ਹਿਰਦਾ ਹੁੰਦਾ ਹੈ ਉਹੀ ਉਸਦੇ ਵਾਕ ਤੇ ਕੰਮ ਹੁੰਦੇ ਹਨ ਜਿਵੇਂ ਸਾਨੂੰ ਪਿਤਾ ਜੀ ਨੇ ਸਮਝਾਇਆ ਸੀ ਤੇ ਮੈਨੂੰ ਬਾਣੀ ਪੜ੍ਹ ਕੇ ਆਪ ਵੀ ਥੋਪਿਆ ਹੈ ਉਹ ਇਹ ਹੈ ਕਿ ਇਹ ਬਾਣੀ ਸਤਗੁਰ ਦਾ ਹਿਰਦਾ ਹੈ ਤੇ ਇਸ ਸੰਸਾਰ ਉਹਨਾਂ ਦੇ ਜੀਵਨ ਕਰਤਵ ਹਨ ਸਾਰਾ ਸ੍ਰੀ ਗੁਰੂ ਗ੍ਰੰਥ ਸਾਹਿਬ ਇੱਕ ਲਗਾਤਾਰ ਚਾਲ ਇੱਕ ਲਗਾਤਾਰ ਰੂਪ ਇੱਕ ਲਗਾਤਾਰ ਧੁਨ ਇੱਕ ਲਗਾਤਾਰ ਅਮੂਰਤ ਮੂਰਤੀ ਹੈ ਜਿਸ ਵਿੱਚ ਬੇਨਤੀ ਬਿਰਹੋ ਨਿਰਮਲ ਭੈ ਗਿਆਨ ਸੇਵਾ ਸ਼ਰਧਾ ਪਿਆਰ ਪ੍ਰੇਮ ਭਗਤੀ ਦੇ ਅਨੇਕ ਰੰਗ ਅਰੰਗ ਹਨ ਹਾਂ ਇਸ ਵਿੱਚ ਇੱਕ ਲਗਾਤਾਰ ਸੰਗੀਤ ਇੱਕ ਲਗਾਤਾਰ ਕਾਵਿય ਰਸ ਇਕ ਲਗਾਤਾਰ ਚਾਨਣ ਇਕ ਲਗਾਤਾਰ ਰਸਮਸਤੀ ਰਸ ਚੂਮ ਰਸ ਸਰੂਰ ਰਸ ਲੀਨਤਾ ਦਾ ਦਰਸ਼ਨ ਹੈ ਇਹੋ ਗੁਰੂ ਨਾਨਕ ਹਿਰਦਾ ਹੈ ਇਹ ਹੀ ਉਹਨਾਂ ਦਾ ਇਤਿਹਾਸ ਤੇ ਇਹ ਹੀ ਇਲਾਹੀ ਗਿਆਨ ਹੈ ਇਹ ਰਬੀ ਨਾਟ ਤੇ ਸਰੋਧ ਹੈ ਇਹ ਗੁਰੂ ਹਿਰਦੇ ਉੱਪਰ ਸਾਈਂ ਵੱਲੋਂ ਪ੍ਰਕਾਸ਼ਿਆ ਗਿਆਨ ਹੈ ਗੁਰੂ ਦਾ ਹਿਰਦਾ ਹੌ ਰਹਿ ਤੇ ਨਿਰੋਲ ਨਿਰਮਲ ਹੋਣ ਕਰਕੇ ਇਕ ਗਿਆਨ ਉਥੇ ਐਉ ਪ੍ਰਕਾਸ਼ਿਆ ਕੇ ਹੂ ਬਹੂ ਜਿਉਂ ਕਹਤਿਉ ਜਿਵੇਂ ਸ਼ੀਸ਼ੇ ਵਿੱਚੋਂ ਮੂਰਤ ਪ੍ਰਕਾਸ਼ਦੀ ਹੈ ਜਿਉਂ ਕੀ ਤਿਉ ਬਾਣੀ ਗੁਰੂ ਹਿਰਦੇ ਰੂਪੀ ਸ਼ੀਸ਼ੇ ਵਿੱਚ ਜੜੀ ਰੱਬੀ ਗਿਆਨ ਦੀ ਮੂਰਤੀ ਹੈ ਹੈ ਹਾਂ ਇਹ ਵਾਹਿਗੁਰੂ ਦਾ ਗਿਆਨ ਹੈ ਗੁਰੂ ਦਾ ਹਿਰਦਾ ਹੈ ਤੇ ਐਉ ਉਹਨਾਂ ਦਾ ਰੂਪ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹੋਏ ਰੱਬੀ ਗਿਆਨ ਤੇ ਗੁਰੂ ਹਿਰਦੇ ਦਾ ਇੱਕ ਪਰਤਖ ਦਰਸ਼ਨ ਸੋ ਇਸ ਗੁਰੂ ਹਿਰਦੇ ਵਿੱਚ ਚਿਤ ਸਮਾਇਆ ਅਸੀਂ ਗੁਰੂ ਹਿਰਦੇ ਦਾ ਰੰਗ ਆਪਣੇ ਪਰ ਲਵਾਂਗੇ ਚਿਤ ਵਿੱਚ ਚਿਤ ਸਮਾਇਆ ਸਾਡੀ ਸੁਰਤ ਦੀ ਉਚਤਾ ਤੇ ਸੁਚਤਾ ਹੋਣੀ ਹੈ ਚਿਤੈ ਚਿਤ ਸਮਾਇਆ ਰੰਗ ਚੜਦਾ ਹੈ ਹੁਣ ਵਿਚਾਰ ਲਾਓ ਕਿ ਗੁਰ ਹਿਰਦਾ ਰੂਪੀ ਇਤਿਹਾਸ ਤਾਂ ਜੀਵਾਂ ਦੇ ਰੂਹੇ ਇਤਿਹਾਸ ਵਿੱਚ ਨਹੀਂ ਉਹ ਇਤਿਹਾਸ ਤਾਂ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਨ ਜੋ ਸਦਾ ਗੁਰ ਉਰਸ਼ੀਸ਼ਾ ਹੈ ਤੇ ਸਾਨੂੰ ਵਧੇਰੇ ਲੜਵੀ ਗੁਰ ਉਰ ਇਤਿਹਾਸ ਦੀ ਹੀ ਹੈ ਭੈਣ ਠੀਕ ਹੈ ਸਵਾਦ ਆ ਗਿਆ ਪਰ ਸਤਗੁਰਾਂ ਦੀ ਜੀਵਨ ਕਿਰਿਆ ਬਾਬਤ ਵੀ ਤੁਸੀਂ ਵੇਰਵੇ ਤੇ ਪਤੇ ਗੁਰੂ ਗ੍ਰੰਥ ਸਾਹਿਬ ਜੀ ਵਿੱਚੋਂ ਦੇਖ ਸਕਦੇ ਹੋ ਵੀਰ ਮੈਨੂੰ ਬਾਣੀ ਦੀ ਬਹੁ ਗਮਤਾ ਨਹੀਂ ਪਰ अनेका ਗੱਲਾਂ ਪਰ ਰੋਸ਼ਨੀ ਬਾਣੀ ਤੋਂ ਪੈਂਦੀ ਹੈ ਸਤਗੁਰ ਦਾਸਮ ਭੈਣ ਭਲਾ ਦੱਸੋ ਸਤਿਗੁਰੂ ਦੀ ਸੰਸਾਰ ਯਾਤਰਾ ਦਾ ਸਮਾਂ ਤੁਸੀਂ ਕੀ ਕੋ ਦੱਸ ਸਕੋਗੇ ਮੈਂ ਕਹਿੰਦੀ ਹਾਂ ਉਹਨਾਂ ਨੂੰ 10000 ਬਰਸ ਬੀਤ ਗਿਆ ਹੈ ਵੀਰ ਮੁਸਕਰਾ ਕੇ ਉਂਝ ਤਾਂ ਸਤਿਗੁਰੂ ਆਜੁਗਾਤ ਤੋਂ ਹਨ ਪਰ ਇਸ ਵੀਰ ਦੇ ਸ਼ਰੀਰ ਨਾਟ ਵਿੱਚ ਆਇਆਂ ਨੂੰ 4.5 ਸਾਲੀ ਬੀਤਿਆ ਹੈ ਜਿਸ ਸਮੇ ਲਿਖਤ ਲਿਖੀ ਗਈ ਸੀ ਉਸ ਸਮੇ 4.5 ਸਾਲ ਹੋਏ ਸਨ ਭੈਣ ਕਿਵੇਂ ਵੀਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਆਦ ਪਾਤਸ਼ਾਹੀ ਦੇ ਸ਼ਬਦ ਹਨ ਜਿਨ੍ਹਾਂ ਵਿੱਚ ਗੁਰੂ ਬਾਬੇ ਨੇ ਬਾਬਰ ਦੇ ਹੱਲੇ ਲਈ ਪੇਸ਼ੀਨਗੋਈ ਕੀਤੀ ਹੈ ਤੇ ਫਿਰ ਉਸ ਦੀ ਕੁੱਟ ਲੁੱਟ ਦਾ ਹਾਲ ਪਵਿੱਖਤ ਵਾਕ ਐਉਂ ਵੀ ਕਹਿਓਏ ਹਨ ਜੈਸੀ ਮੈਂ ਆਵੈ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਵੇ ਲਾਲੋ ਇਸ ਤੋਂ ਸਾਫ਼ ਹੈ ਕਿ ਅਗੰਮ ਦੀ ਗੱਲ ਕਹਿਣ ਲੱਗੇ ਹਨ ਫਿਰ ਜੋ ਹੋਣੀ ਹੈ ਦਸ ਦੇ ਦਸ ਦੇ ਆਖਦੇ ਹਨ ਕਇ ਕੱਪੜ ਟੁਕ ਟੁਕੋ ਹੋਸੀ ਹਿੰਦੁਸਤਾਨ ਸਮਾਲਸੀ ਬੋਲਾ ਇਨਾਂ ਟੁਕਾਂ ਤੋਂ ਵੀ ਪਤਾ ਲੱਗ ਗਿਆ ਕਿ ਗੁਰੂ ਸਾਹਿਬ ਜੀ ਬਾਬਰ ਦੇ ਆਉਣ ਤੋਂ ਪਹਿਲਾਂ ਵਾਕ ਕਹਿ ਰਹੇ ਹਨ ਜਿਸ ਤੋਂ ਸਿੱਧ ਹੋਇਆ ਕਿ ਆਪ ਇਸ ਤੋਂ ਪਹਿਲੇ ਅਵਤਾਰ ਧਾਰ ਚੁੱਕੇ ਸੇ ਨਾਲੇ ਆਪ ਗੁਰਿਆਈ ਦਾ ਕੰਮ ਆਰੰਭ ਕਰ ਚੁੱਕੇ ਸੇ ਅਰ ਇਲਹਾਮ ਵਾਲੇ ਅਗੰਮ ਵਾਚਣ ਵਾਲੇ ਮਹਾਪੁਰਖ ਸੇ ਇਸ ਤੋਂ ਅਨੁਮਾਨ ਹੁੰਦਾ ਹੈ ਕਿ ਇਹ ਵਾਕ ਕਹਿਣ ਵੇਲੇ ਉਹਨਾਂ ਦੀ ਅਵਸਥਾ ਬਾਲ ਜਾਂ ਯੁਵਾ ਤੋਂ ਵਡੇਰੇ ਸੀ ਬਾਬਰ 78 ਸੰਮਤ ਵਿੱਚ ਆਵੇਗਾ ਇਹ ਗੱਲ ਸਤਗੁਰ ਨੇ ਪਹਿਲਾਂ ਦੱਸੀ ਸੀ ਯਥਾ ਆਉਣ 78 ਸੋ ਸੰਮਤ 1578 ਬਿਕਰਮੀ ਤੋਂ ਪਹਿਲਾਂ ਸਤਗੁਰ ਸੰਸਾਰ ਵਿੱਚ ਵਿਚਰ ਰਹੇ ਸਨ ਸੋ ਨਿਯਤ ਹੋ ਗਿਆ ਕਿ ਗੁਰੂ ਬਾਬਾ ਜੀ ਦਾ ਸਮਾ 1578 ਬਿਕਰਮੀ ਤੋਂ ਪਹਿਲਾਂ ਸ਼ੁਰੂ ਹੋ ਗਿਆ ਸੀ तो आड़ी दस हज़ार वाली गल रह गई पिता शाबाश बेटा बहुत अच्छी खोज की भैन भला बाबर कौन सी कितों आया सी? बाबर मुगल सी ते तदों खुरासान संभाल के आ रहा सी? यथा खुरासान खसमाना किया हिंदुस्तान डराया आपे दोष ना दे करता जमकर मुगल चढ़ाया फिर गुरु जी ने बाबर की पठाणा न लड़ाई दतलेआम दे हाल अखी डिठे लिखे हैं बाबर वाणी फिर गई कोयर न रोटी खाए पुन महलां अंदर हो मिलन हदूर अगला है बंदूक बबर जदों सैदपुर की कतलेआम करके टुर गया तदों का हाल भी सतगुर ने के। कहा सुखेल तबेले कोड़े कहाँ भेरी सहनाई वाले शब्द भी दस्या है ਸਗੋਂ ਸ਼ਬਦਾਂ ਤੋਂ ਇੱਕ ਹੋਰ ਪਤਾ ਵੀ ਲੱਗਦਾ ਹੈ ਕਿ ਪਠਾਣਾ ਪਾਸ ਜੋ ਹਿੰਦ ਦੇ ਰਾਜੇ ਸਨ ਬੰਦੂਕਾਂ ਨਹੀਂ ਸਨ ਉਹਨਾਂ ਹਾਥੀਆਂ ਦੀ ਫੌਜ ਚੜਾਈ ਸੀ ਉਹਨਾਂ ਪਾਸ ਕੇਵਲ ਤੀਰ ਸਨ ਪਰ ਮੁਗਲਾਂ ਪਾਸ ਬੰਦੂਕਾਂ ਸਨ ਤੇ ਉਹਨਾਂ ਬੰਦੂਕਾਂ ਨਾਲ ਫਤਿਹ ਪਾਈ ਮੁਗਲ ਪਠਾਣਾ ਭਈ ਲੜਾਈ ਰਣਮੈ ਤੇਗ ਵਗਾਈ ਉਨੀ ਤੁਪਕ ਤਾਣ ਚਲਾਈ ਉਨੀ ਹਸਤ ਚੜਾਈ ਸੋ ਬਾਬਰ ਦੇ ਆਉਣ ਤੋਂ ਪਹਿਲੇ ਉਸ ਦੇ ਹਮਲੇ ਵੇਲੇ ਤੋਂ ਮਗਰੋਂ ਸਤਗੁਰੂ ਜੀ ਮਨੁੱਖ ਜਾਮੇ ਵਿੱਚ ਪੰਜਾਬ ਵਿੱਚ ਵਿਚਰ ਰਹੇ ਸਨ ਭੈਣ ਤੇ ਸਤਗੁਰੂ ਨੇ ਇਹ ਹਾਲ ਤਵਾਰੀਖੀ ਕਿਉਂ ਲਿਖੇ ਵੀਰ ਇਹਨਾਂ ਸ਼ਬਦਾਂ ਤੋਂ ਮਾਲੂਮ ਹੁੰਦਾ ਹੈ ਕਿ ਦੇਸ਼ ਵਿੱਚ ਪਾਪ ਸੀ ਪਠਾਣ ਆਯਾਸ਼ ਤੇ ਦੰਡਯੋਗ ਸਨ ਪਰ ਜਾਂ ਮੂਰਖ ਤੇ ਗਿਰੀ ਹੋਈ ਸੀ ਸਤਗੁਰੂ ਨੇ ਦੱਸਿਆ ਹੈ ਕਿ ਪਾਪਾਂ ਦਾ ਫਲ ਦੇਣ ਲਈ ਜਮ ਰੂਪ ਮੁਗਲ ਆਇਆ ਸਤਗੁਰੂ ਜੀ ਨੇ ਰਜ਼ਾ ਤੇ ਪਾਪ ਦੰਡ ਦਾ ਜ਼ਿਕਰ ਕਰਦੇ ਇਹ ਵਾਕਿਆਤ ਦੱਸੇ ਹਨ ਤੇ ਬਾਬਰ ਦੇ ਕਤਲੇਆਮ ਜ਼ੁਲਮਾਂ ਪਰ ਉਸ ਨੂੰ ਕੋਸਿਆ ਹੈ ਤੇ ਆਪਣੇ ਦਰਦਮੰਦ ਦਿਲ ਦਾ ਦਰਦ ਅਨਭਾਉ ਹਮਦਰਦੀ ਪਿਆਰ ਵਿੱਚ ਵਰਣਨ ਕੀਤਾ ਹੈ ਅਗਲਾ ਹੈ ਗੁਰੂ ਅਵਤਾਰ ਭੈਣ ਕੀ ਤੁਸੀਂ ਦੱਸ ਸਕਦੇ ਹੋ ਕਿ ਗੁਰੂ ਨਾਨਕ ਦੇਵ ਜੀ ਇੱਕ ਸੁਧਾਰਕ ਮਾਤਰ ਸਨ ਜਾਂ ਵਾਹਿਗੁਰੂ ਜੀ ਦੇ ਗਿਆਨ ਨੂੰ ਧੁਰੋਂ ਪ੍ਰਾਪਤ ਕਰ ਗੁਰ ਅਵਤਾਰ ਸਨ वीर आप 와ਹਿਗੁਰੂ ਨਾਲ ਅੱਠ ਪੈਰ ਜੋੜੇ ਕਦੇ ਨਾ ਵਿਛੜੇ ਸਦਾ ਉਸ ਦੇ ਉੱਚੇ ਗਿਆਨ ਨੂੰ ਪ੍ਰਾਪਤ ਕਰਨ ਵਾਲੇ ਤੁਰ ਤੋਂ ਆਏ ਗੁਰੂ अवतार ਸੇ ਉਹ ਆਪ ਸਾਨੂੰ ਦੱਸਦੇ ਹਨ ਜੈਸੀ ਮੈਂ ਆਵੇ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਵੇ ਲਾ ਲੋ ਭੈਣ ਗੁਰੂ ਨਾਨਕ ਦੇਵ ਜੀ ਦਾ ਗੁਰੂ ਕੌਣ ਸੀ वीर ਸਤਗੁਰ ਆਪ ਦੱਸਦੇ ਹਨ ਅਪਰੰਪਰ ਪਰ ਪਾਰ ਬ੍ਰਹਮ ਪਰਮੇਸ਼ਰ ਨਾਨਕ ਗੁਰ ਮਿਲਿਆ ਸੋਈ ਜੀਉ ਸੋਰਠ ਮਹੱਲਾ ਪਹਿਲਾ ਅਰਥਾਤ ਉਹਨਾਂ ਦਾ ਗੁਰੂ ਵਾਹਿਗੁਰੂ ਸੀ ਭੈਣ ਕੀ ਜਾਣੀਏ ਕੋਈ ਮਨੁੱਖ ਵੀ ਉਹਨਾਂ ਦਾ ਗੁਰੂ ਹੋਵੇ ਵੀਰ ਬੀਬੀ ਸਤਗੁਰ ਦੱਸਦੇ ਹਨ ਕਿ ਮੇਰੇ ਸਾਹਮਣੇ ਗਲੀਚਾ ਵਿਛਾ ਕੇ ਬੈਠਣ ਵਾਲਾ ਕੋਈ ਨਹੀਂ ਭਾਉ ਆਦਮੀ ਐਸਾ ਕੋਈ ਨਹੀਂ ਜਿਸ ਦੇ ਅੱਗੇ ਮੈਂ ਸਿੱਖੀ ਕਮਾਈ ਹੋਵੇ ए मुहावरा है कि जो किसी के सामने दुलीचा बैठे वो या गुरु है देखो बीजो को नहीं वह दुलीचा पाए नरक निवारण नरै नर साचो साचै ना उना जा को महल हजूर दूजे नवै किस अगला है सफर भैन ਸਤਗੁਰੂ ਜੀ ساری ਉਮਰ ਆਪਣੇ ਦੇਸ਼ ਬੈਠੇ ਰਹੇ ਕਿ ਜਗਤ ਵਿੱਚ ਫਿਰਦੇ ਰਹੇ। ਵੀਰ ਗੁਰਬਾਣੀ ਤੋਂ ਪਤਾ ਲੱਗਦਾ ਹੈ ਕਿ ਆਪ ਬਹੁਤ ਫਰੇ ਤੇ ਜਗਤ ਉਧਾਰਿਆ ਜੈਸੇ ਮਹਾਰਾਜ ਜੀ ਦਸਦੇ ਹਨ। ਤਟ ਤੀਰਥਮ ਨਵਖਣ ਦੇਖੇ ਹਟ ਪਟਣ ਬਾਜ਼ਾਰ। ਅਗਲਾ ਹੈ ਗੁਰਿਆਈ। ਭੈਣ ਸਤਗੁਰੂ ਜੀ ਆਪਣੇ ਆਪ ਨੂੰ ਦਾਸ ਤੇ ਨੀਵਾ ਕਹਿੰਦੇ ਹਨ। ਗੁਰੂ ਕੀ ਕੋ ਹੋਏ? ਵੀਰ ਪਰਮੇਸ਼ਰ ਨੇ ਗੁਰੂ ਥਾਪ ਕੇ ਕਲਿਆ ਸੀ ਤੇ ਸਾਰੇ ਲੋਕ ਉਹਨਾਂ ਨੂੰ ਗੁਰੂ ਤਦੋਂ ਹੀ ਆਖਦੇ ਸੇ ਦੇਖੋ ਕਲ ਨਾਮੇ ਕਵੀ ਉਹਨਾਂ ਨੂੰ ਆਪਣੇ ਸਵੀਆਂ ਵਿੱਚ ਪਰਮ ਗੁਰੂ ਤੇ ਪਰਮਾਨੰਨ ਨਾਨਕ ਗੁਰੂ ਲਿਖਦੇ ਹਨ ਫਿਰ ਬਾਕੀ ਪੰਜ ਛਾਈਆਂ ਨੇ ਜਦ ਸ਼ਬਦ ਤੇ ਸਲੋਕ ਦੇ ਅਖੀਰ ਨਾਨਕ ਲਿਖਿਆ ਹੈ ਤਾਂ ਆਪਣੀ ਛਾਪ ਦਿੱਤੀ ਹੈ ਪਰ ਜਿੱਥੇ ਕਿਤੇ ਗੁਰੂ ਨਾਨਕ ਪਦ ਲਿਖਿਆ ਹੈ ਉਥੇ ਸਤਿਗੁਰੂ ਨਾਨਕ ਨੂੰ ਗੁਰੂ ਆਖਿਆ ਹੈ ਯਥਾ ਦੀ ਕਿਆ ਆਖ ਬੁਜਾਇਆ ਸਿਫਤੀ ਸਤ ਸਮੇਉ ਤਿੰਨ ਕੋ ਕਿਆ ਉਪਦੇਸ਼ੀਐ ਜਿਨ ਗੁਰ ਨਾਨਕ ਦੇਉ ਵਾਰ ਮਾਜ ਮਹੱਲਾ ਦੂਜਾ ਪੁਨਾ ਚਾਰ ਬਰਨ ਚਾਰ ਆਸ਼ਰਮ ਕੋਈ ਮਿਲੇ ਗੁਰੂ ਨਾਨਕ ਸੋ ਆਪ ਤਰੈ ਕੁਲ ਸਗਲ ਤਰਾ ਦੋ ਕਾਨਣਾ ਮਹੱਲਾ ਚੌਥਾ ਗੁਰ ਗੋਬਿੰਦ ਗੋਪਾਲ ਗੁਰ ਗੁਰਪੂਰਨ ਨਾਰਾਇਣ ਗੁਰ ਦਿਆਲ ਸਮਰਤ ਗੁਰ ਗੁਰ ਨਾਨਕ ਪਤਤ ਉਧਾਰਣ ਹੈ ਜੈ ਸ੍ਰੀ ਕੀ ਵਾਰ ਮਹੱਲਾ ਪੰਜਵਾਂ ਅੱਜ ਮੈਂ ਪਰਮਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹੀ ਦੇਣੇ ਹਨ ਸੋ ਸੁਣੋ ਉਥੇ ਲਿਖਿਆ ਹੈ ਸਭ ਤੋਂ ਵੱਡਾ ਸਤਗੁਰ ਨਾਨਕ ਜਿਨ ਕਲ ਰਾਖੀ ਮੇਰੀ ਸਤਗੁਰ ਨਾਨਕ ਦੇਵ ਜੀ ਸਭ ਤੋਂ ਵੱਡੇ ਹਨ ਜਿਨਨੇ ਸੰਸਾਰ ਵਿੱਚ ਜਨ ਜਾਂ ਹਰੀ ਜਨ ਪੈਗੰਬਰ ਅਵਤਾਰ ਹੋਏ ਹਨ ਉਹ ਸਮਨਾ ਤੋਂ ਵੱਡੇ ਹੋਏ ਹਨ ਪਰ ਸਾਲ ਤੁਸਾਂ ਤੇ ਮੈਂ ਖਾਸਾ ਸਮਾਚਾਰ ਦਾ ਸਿਰੇ ਦਾ ਲੇਖ ਪੜ੍ਹਿਆ ਸੀ ਜਿਸ ਵਿੱਚ ਇਹ ਗੱਲ ਸਾਬਤ ਕੀਤੀ ਗਈ ਸੀ ਕਿ ਗੁਰੂ ਨਾਨਕ ਸਭ ਤੋਂ ਵੱਡੇ ਹਨ ਉਹ ਇਸੇ ਤੁਕ ਦੀ ਵਿਆਖਿਆ ਸੀ ਫਿਰ ਪੰਜਵੇਂ ਸਤਗੁਰਾਂ ਨੇ ਸਾਰੇ ਭਗਤਾਂ ਨੂੰ ਗਿਣ ਕੇ ਗੁਰੂ ਨਾਨਕ ਦੇਵ ਜੀ ਨੂੰ ਗੁਰੂ ਨਾਨਕ ਦੇਵ ਗੋਬਿੰਦ ਰੂਪ ਕਿਹਾ ਹੈ ਅਗਲਾ ਹੈ ਬਾਬਾ ਭੈਣ ਗੁਰੂ ਨਾਨਕ ਨੂੰ ਬਾਬਾ ਨਾਨਕ ਵੀ ਕਹਿੰਦੇ ਹਨ ਇਹ ਬਾਬਾ ਅਲਪਿਛੋ ਮੁਸਲਮਾਨਾ ਨੇ ਪਾਈ ਹੈ वीर ਨਹੀਂ ਭੈਣ ਜੀ ਸਤਿਗੁਰ ਦੇ ਸਮੇਂ ਤੋਂ ਲੋਕ ਹੀ ਉਹਨਾਂ ਨੂੰ ਗੁਰੂ ਵੀ ਤੇ ਬਾਬਾ ਵੀ ਆਖਦੇ ਸਨ ਤੁਰਕੀ ਜ਼ਬਾਨ ਵਿੱਚ ਬਾਬਾ ਪਿਤਾ ਨੂੰ ਸਤਕਾਰ ਯੋਗ ਨੂੰ ਬਜ਼ੁਰਗ ਨੂੰ ਆਖਦੇ ਹਨ ਗੁਰੂ ਨਾਨਕ ਨੂੰ ਬਾਬਾ ਪਹਿਲੀ ਵੇਰ ਬਾਬਰ ਪਾਦਸ਼ਾਹ ਨੇ ਦੱਸਿਆ ਸੀ ਜੋ ਉਹਨਾਂ ਦੀ ਅਲੋਇਤ ਰੱਬੀ ਜلال ਦਾ ਕਾਇਲ ਹੋਇਆ ਤੇ ਉਹਨਾਂ ਦੀ ਸਿਫਾਰਿਸ਼ ਪਰ ਸੈਦਪੁਰ ਦੀ ਕਤਲ ਤੇ ਕੈਦ ਬੰਦ ਕੀਤੀ ਸਾਸੂ ਪਰ ਬਾਹਰ ਦੀ ਗੱਲ ਤੁਸੀਂ ਸੁਣਨੀ ਨਹੀਂ ਸੋ ਗੁਰਬਾਣੀ ਦੀ ਅੰਦਰਲੀ ਉਗਾਈ ਸਾਨੂੰ ਐਨੀ ਮਿਲਦੀ ਹੈ ਕਿ ਸਤਗੁਰੂ ਨੂੰ ਲੋਕੀ ਬਾਬਾ ਤਦੋਂ ਕਹਿੰਦੇ ਹੁੰਦੇ ਸਨ ਯਥਾ ਹਉ ਖਰੀ ਦੋਹੇਲੀ ਹੋਈ ਬਾਬਾ ਨਾਨਕ ਮੇਰੀ ਬਾਤ ਨਾ ਪੁੱਛੈ ਕੋਈ ਇਹ ਤੋਂ ਗੌੜੀ ਵਿੱਚ ਸਤਗੁਰੂ ਜੀ ਦੀ ਆਪਣੀ ਹੈ ਤੇ ਸਾਫ਼ ਹੈ ਕਿ ਲੋਕੀ ਉਹਨਾਂ ਨੂੰ ਬਾਬਾ ਅਰਥਾਤ ਬਜ਼ੁਰਗ ਪਿਤਾ ਸਤਕਾਰਯੋਗ ਸਦੇਸਨ ਅੱਜ ਕੱਲ ਬਾਬਾ ਦਾਦਾ ਨੂੰ ਕਹਿੰਦੇ ਹਨ ਪਰ ਤਦੋਂ ਨਵੇਂ-ਨਵੇਂ ਤੁਰਕ ਆਏ ਸਨ ਤੇ ਉਹਨਾਂ ਦਾ ਇਹ ਲਫ਼ਜ਼ ਡਾਢੇ ਹੀ ਸਤਕਾਰ ਨਾਲ ਬੜੇ ਬਜ਼ੁਰਗ ਲਈ ਤੱਕ ਕੇ ਤੁਰਕਾਂ ਨੇ ਗੁਰੂ ਜੀ ਲਈ ਵਰਤਿਆ ਸੀ ਗੁਰੂ ਰੂਪਿਆਰੀ ਸਾਧ ਸੰਗਤ ਜੀ ਇਸ ਤੋਂ ਅੱਗੇ ਗੁਰੂ ਨਾਨਕ ਪਾਤਸ਼ਾਹ ਦੇ ਜੀਵਨ ਦਾ ਬ੍ਰਤਾਂ ਜੋ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿੱਚ ਦਰਸਾਇਆ ਗਿਆ ਹੈ ਉਸ ਦਾ ਵਰਣਨ ਅਸੀਂ ਅਗਲੇ ਭਾਗ ਵਿੱਚ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ